ਤਾਂ ਹਰਜੀਤ ਸਿੰਘ ਗਰੇਵਾਲ ਭਾਜਪਾ ਦੇ ਆਗੂ ਸਾਡੇ ਨਾਲ ਜੁੜੇ ਹੈ। ਗਰੇਵਾਲ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੋਰ ਤਿੱਖਾ ਕਰ ਦਿਆਂਗੇ, ਕੀ ਕੁਝ ਕਹਿਣਾ ਇਸ 'ਤੇ? ਦੇਖੋ, ਜੇ ਤਾਂ ਸਾਨੂੰ ਵੈਸੇ ਜਾਨ ਤੋਂ ਮਾਰਨਾ ਚਾਹੁੰਦੇ ਆ, ਅਸੀਂ ਤਾਂ ਉਹਦੇ ਲਈ ਵੀ ਤਿਆਰ ਹਾਂ। ਇੱਕ ਜਾਨ ਲੈਣ ਨੂੰ ਫਿਰਦੇ, ਇੱਕ ਜਾਨ ਦੇਣ ਨੂੰ ਫਿਰਦੇ ਆ। ਅਸੀਂ ਪ੍ਰਚਾਰ ਤਾਂ ਆਪਦਾ ਕਰਨਾ, ਜੇ ਪੀਸਫੁਲ ਤਰੀਕੇ ਨਾਲ ਸਾਡਾ ਵਿਰੋਧ ਕਰਨਾ ਤਾਂ ਉਹਦੇ ਲਈ ਵੈਲਕਮ ਆ, ਉਹ ਡੈਮੋਕ੍ਰੇਸੀ 'ਚ ਅਲਾਊਡ ਆ। ਜੇ ਇਹ ਜਿਸ ਤਰ੍ਹਾਂ ਕੱਲ੍ਹ ਮਹਾਰਾਣੀ ਜੀ ਦੇ ਗੱਡੀ ਦੇ ਉੱਪਰ ਲੱਠ ਮਾਰੇ ਅਤੇ ਇਸ ਤਰ੍ਹਾਂ ਪੱਥਰ ਮਾਰੇ, ਉਹ ਤਾਂ ਮੈਂ ਸਮਝਦਾ ਵਾਜਿਬ ਨਹੀਂ ਹੈ। ਕੱਲ੍ਹ ਵੀ ਐੱਫ ਆਈ ਆਰ ਕਰਵਾਈ ਹੈ, ਅਗਰ ਫਿਰ ਇਸ ਤਰ੍ਹਾਂ ਕੋਈ ਕਰੇਗਾ ਤਾਂ ਐੱਫ ਆਈ ਆਰ ਵੀ ਹੋਏ, ਕਾਨੂੰਨ ਆਪਣਾ ਕੰਮ ਕਰੇਗਾ। ਅਸੀਂ ਕੀ ਕਰਨਾ ਉਹਦੇ 'ਚ? ਅਤੇ ਅਸੀਂ ਕਿਸੇ ਚੀਜ਼ ਤੋਂ ਘਬਰਾ ਕੇ ਪ੍ਰਚਾਰ ਕਰਨ ਉਹਦਾ ਹਟਦੇ ਨਹੀਂ, ਠੀਕ ਹੈ? ਔਰ ਰਿਜ਼ਲਟ ਸਾਡੇ ਫੇਵਰ 'ਚ ਜਾਣੇ, ਮੈਂ ਫਿਰ ਇਹਨਾਂ ਨੂੰ ਕਹਿਣਾ, ਇਹ ਸਾਡਾ ਵੋਟਾਂ 'ਚ ਵਿਰੋਧ ਕਰਨ, ਲੋਕਾਂ ਨੂੰ ਕਹਿਣਾ ਨਾ ਪਾਓ ਇਹਨਾਂ ਨੂੰ ਵੋਟਾਂ। ਇਹਨਾਂ ਦਾ ਸਾਡੇ 'ਤੇ ਹਮਲੇ ਕਰਨ ਦਾ ਕੀ ਮਤਲਬ ਆ? ਕਿਉਂ ਹਮਲੇ ਕਰਦੇ ਆ? ਅੱਛਾ, ਤੁਹਾਨੂੰ ਲੱਗਦਾ ਕਿ ਹਾਲੇ ਵੀ ਕਿਤੇ ਨਾ ਕਿਤੇ ਗੱਲਬਾਤ ਦਾ ਰਾਹ ਜਿਹੜਾ ਉਹ ਬਾਕੀ ਹੈ, ਗੱਲਬਾਤ ਹੋ ਸਕਦੀ ਹੈ ਦੋਵਾਂ ਪਾਸਿਆਂ ਤੋਂ? ਨਹੀਂ ਕਰਨ ਦੇਣਾ, ਇਹਦਾ ਕੀ ਮਤਲਬ ਆ ਕਿ ਸਾਡੇ 'ਤੇ ਹਮਲੇ ਕਰਨੇ ਆ, ਸਾਡੀਆਂ ਹੱਤਿਆ ਕਰਨੀਆਂ ਨੇ, ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ ਇਹ? ਅੱਛਾ, ਜਿਹੜੀ ਸਰਕਾਰ ਦੇ ਨਾਲ ਵੀ ਤੁਹਾਡੀ ਕੋਈ ਗੱਲ ਇਸ ਬਾਬਤ ਹੋਈ ਹੈ, ਰਾਬਤਾ ਹੋਇਆ ਕਿ ਇਸ ਤਰੀਕੇ ਦੇ ਨਾਲ ਜੋ ਕੁਝ ਹੋ ਰਿਹਾ ਉਸ ਨੂੰ ਰੋਕਿਆ ਜਾਏ? ਟਿੱਕੇ ਗੱਲ ਹੀ ਨਹੀਂ ਕਰਦੇ, ਇਹ ਆਰਾਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਆ, ਇਹ ਤਾਂ ਗੁੰਡਾਗਰਦੀ ਆ ਸਪਸ਼ਟ। ਇਹ ਤਾਂ ਅਸੀਂ ਜਾਣ ਨਹੀਂ ਦੇਣੇ ਜੀ, ਅਸੀਂ ਘੁੰਮਣ ਨਹੀਂ ਦੇਣਾ ਜੀ, ਅਸੀਂ ਪ੍ਰਚਾਰ ਨਹੀਂ ਕਰਨ ਦੇਣਾ, ਇਹ ਕਦੋਂ ਤੱਕ ਰੋਕਣਗੇ? ਤਾਂ ਇੱਦਾਂ ਨਹੀਂ ਰੁਕਣਾ ਹੈ, ਇਹ ਠੀਕ ਨਹੀਂ ਹੈ ਇਹ ਗੱਲਾਂ। ਜੇ ਗੁੰਡਾਗਰਦੀ ਕਰਨਗੇ ਤਾਂ ਕਾਨੂੰਨ ਆਪਣਾ ਕੰਮ ਕਰੇਗਾ, ਅਸੀਂ ਉਹਦੇ 'ਚ ਕੀ ਕਰਨਾ? ਅਸੀਂ ਕੁਛ ਨਹੀਂ ਕਰਨਾ, ਨਹੀਂ ਕੁਝ। ਅੱਛਾ, ਅਜਿਹੇ ਵਿਰੋਧ ਦੇ ਵਿਚਾਲੇ ਹੁਣ ਤੁਹਾਡੀ ਕੀ ਰਣਨੀਤੀ ਹੋਏਗੀ? ਤੁਸੀਂ ਪ੍ਰਚਾਰ ਕਰਨ ਦੇ ਲਈ ਫਿਰ ਕਿਸ ਤਰੀਕੇ ਨਾਲ ਤੁਸੀਂ ਜਾਓਗੇ? ਕਿਸ ਤਰੀਕੇ ਨਾਲ ਜਾਣਾ? ਅਸੀਂ ਆਪਣਾ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ, ਸਾਡੇ 'ਤੇ ਹਮਲੇ ਕਰਨ, ਸਾਨੂੰ ਜ਼ਖਮੀ ਕਰ ਦੇਣ, ਸਾਡੇ ਬੰਦੇ ਮਾਰ ਦੇਣ, ਸਾਨੂੰ ਮਾਰ ਦੇਣ, ਸਾਡੀ ਹੱਤਿਆ ਕਰ ਦੇਣ, ਤਾਂ ਹੀ ਇਹ ਪੰਜਾਬ ਦਾ ਕੰਮ ਸੁਧਰਨਾ ਜੇ ਸਾਡੇ ਵਰਗੇ ਦੋ ਚਾਰ ਮਰਨਗੇ, ਅਸੀਂ ਤਿਆਰ ਹਾਂ ਉਹਦੇ ਲਈ। ਅੱਛਾ, ਤੁਹਾਡੀ ਕੇਂਦਰੀ ਹਾਈਕਮਾਂਡ ਦੇ ਨਾਲ ਗੱਲ ਹੁੰਦੀ ਹੈ ਇਸ ਬਾਬਤ ਕਿ ਇਸ ਤਰੀਕੇ ਨਾਲ ਜੋ ਕਿਸਾਨਾਂ ਦੇ ਵੱਲੋਂ ਵਿਰੋਧ ਹੋ ਰਿਹਾ ਔਰ ਅਜਿਹੇ ਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਹੋਰ ਵਧਾਈ ਜਾਏ ਜਾਂ ਹੋਰ ਕਿਸੇ ਤਰੀਕੇ ਨਾਲ ਅਸੀਂ ਕਿਸ ਤਰੀਕੇ ਨਾਲ ਜਾਈਏ ਪ੍ਰਚਾਰ ਕਰਨ? ਯਾਰ, ਜਿੱਥੇ ਕਹਿਣਗੇ ਬਿਨਾਂ ਸੁਰੱਖਿਆ ਤੋਂ ਜਾਵਾਂਗੇ ਸਾਡੀ ਹੱਤਿਆ ਕਰ ਦੇਣ, ਫਿਰ ਇਹਨਾਂ ਨੂੰ ਪਤਾ ਲੱਗ ਜੂਗਾ। ਇਹ ਕੰਮ ਹੀ ਤਾਂ ਖਤਮ ਹੋਣਾ ਜਦੋਂ ਸਾਡੇ ਵਰਗੇ ਦੋ ਚਾਰ 10 ਨੂੰ ਮਾਰਨਗੇ। ਇਹਨਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰਾਉਣੇ ਆ, ਹੋਰ ਕੁਛ ਨਹੀਂ। ਇਹ ਗੁੰਡਾਗਰਦੀ ਆ, ਇਹ ਕੋਈ ਕਿਸਾਨਾਂ ਦਾ ਨੇਤਰਤਵ ਨਹੀਂ ਕਰ ਰਹੇ, ਇਹ ਕੋਈ ਐਵੇਂ ਕਿਸਾਨ ਜਥੇਬੰਦੀਆਂ ਨਾਂ ਰੱਖਿਆ ਹੋਇਆ ਬਦਮਾਸ਼ੀ ਕਰ ਰਹੇ ਆ, ਇਹ ਕੋਈ ਗੱਲ ਆ? ਇਹਨਾਂ ਦੇ ਨਾਲ ਸਾਰੇ ਕਿਸਾਨ ਨਹੀਂ ਹੈਗੇ, ਕਿਸਾਨ ਸਾਨੂੰ ਵੋਟ ਕਰਦੇ ਆ, ਇਹ ਤਾਂ ਬਿਨਾਂ ਗੱਲਬਾਤ ਤੋਂ ਹੀ। ਬਾਕੀ ਪਾਰਟੀਆਂ ਦਾ ਕਿਉਂ ਨਹੀਂ ਕਰਦੇ ਜੀ? ਸਾਡੇ ਨਾਲ ਕੀ ਦੁਸ਼ਮਣੀ ਹੈ ਇਹਨਾਂ ਨੂੰ? ਅਸੀਂ ਕੀ ਕਰਤਾ ਇਹਨਾਂ ਦਾ, ਵਿਗਾੜਤਾ? ਹੈਂ, ਹੁਣ ਸਾਨੂੰ ਪੁੱਛਣ ਲੱਗ ਜਾਂਦੇ ਆ ਖੜੇ ਹੋ ਕੇ ਚਾਰ ਬੰਦੇ, ਸ਼ੁਭਕਰਮਨ ਨੂੰ ਕਿਉਂ ਮਾਰਿਆ, ਅਸੀਂ ਮਾਰਿਆ? ਸਾਡੇ 'ਚ ਜੇ ਕਿਸੇ ਨੇ ਮਾਰਿਆ ਭਾਈ, ਸਾਡੇ 'ਤੇ ਮੁਕੱਦਮਾ ਦਰਜ ਕਰੋ, ਸਾਨੂੰ ਜੇਲ੍ਹ ਭੇਜੋ। ਹੈਂ, ਇਹ ਹਰਿਆਣਾ ਪੁਲਿਸ ਦਾ ਜਾਂ ਪੰਜਾਬ ਪੁਲਿਸ ਦਾ ਕੰਮ ਆ ਉਹ, ਤੁਸੀਂ DGP ਨੂੰ ਪੁੱਛੋ, ਜਿਹਨੂੰ ਪੁੱਛਣਾ ਪੁੱਛੋ, ਤੇ ਸਾਡੇ 'ਤੇ ਹਮਲੇ ਕਰਨ ਦਾ ਕੀ ਮਤਲਬ ਹੈ ਜੀ? ਹੈਂ, ਕੀ ਚਾਹੁੰਦੇ ਆ ਸਾਡੇ ਕੋਲੋਂ ਇਹ? ਅਸੀਂ ਕੀ ਕਰ ਸਕਦੇ ਹਾਂ ਇਹਨਾਂ ਦਾ? ਅੱਛਾ, ਤੁਹਾਡਾ BJP ਸਿੱਧਾ ਰਾਬਤਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਿੱਧਾ ਰਾਬਤਾ ਹੋਇਆ ਤੁਹਾਡਾ? ਅਸੀਂ ਕੋਈ ਰਾਬਤਾ ਨਹੀਂ ਕਰਨਾ ਜੀ, ਰਾਬਤਾ ਤਾਂ ਉਹਨਾਂ ਬੰਦਿਆਂ ਨਾਲ ਕੀਤਾ ਜਾਂਦਾ ਵਾ ਜਿਹੜੇ ਸਿੱਧੇ ਲਾਈਨ 'ਤੇ ਆਉਂਦੇ ਹੋਣ। ਇਹ ਕੋਈ ਸਿੱਧੇ ਕੰਮ ਦੀ ਲਾਈਨ ਨਹੀਂ ਹੈ ਇਹਨਾਂ ਦੀ, ਇਹ ਜਿਸ ਤਰ੍ਹਾਂ ਕਰਨਾ ਚਾਹੁੰਦੇ ਇਹ ਕਰ ਲੈਣ, ਹੁਣ ਇਹਨਾਂ ਨੂੰ ਖੁੱਲ੍ਹੀ ਛੂਟ। ਇਹ 2-4-10 ਸਾਡੇ ਵਰਗੇ ਮਾਰੇ ਜਾਣਗੇ, ਉਸ ਤੋਂ ਬਾਅਦ ਇਹ ਦਰੁਸਤ ਹੋ ਜਾਣਗੇ, ਤੁਹਾਨੂੰ ਮੈਂ ਅੱਜ ਦੱਸਦਾ। ਇਹ ਡੈਮੋਕ੍ਰੇਸੀ ਹੈ ਹਿੰਦੁਸਤਾਨ ਦੀ, ਔਰ ਇਹ ਕੋਈ ਅਜੇ ਆਤੰਕਵਾਦ ਆਇਆ ਨਹੀਂ ਹੈ। ਇਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਨਹੀਂ ਕਰ ਸਕਦੇ ਇੱਦਾਂ ਦੀ ਗੁੰਡਾਗਰਦੀ, ਕਰ ਲੈਣ।